ਸ੍ਰੀਕਾਲ ਦੋਸਤੋ, ਮੈਂ ਹਾਂ ਸਰਬਜੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਸਾਡਾ ਵਿਸ਼ੇਸ਼ ਪ੍ਰੋਗਰਾਮ ਚੁਣਾਵ ਰਿਪੋਰਟ। ਨਗਰ ਨਿਗਮ ਦੇ ਚੋਣਾਂ ਦੀ ਪਲ ਪਲ ਦੀ ਜਾਣਕਾਰੀ ਲੈ ਕੇ ਆਏ ਹਾਂ ਅਸੀਂ ਤੁਹਾਡੇ ਤੱਕ ਲਾਈਵ ਟੈਲੀਕਾਸਟ, ਯਾਨੀ ਕਿ ਸਿੱਧਾ ਪ੍ਰਸਾਰਣ ਤੁਹਾਡੇ ਤੱਕ। ਫਾਸਟ ਵੇਵ ਪਠਾਨਕੋਟ ਦੇ ਇਤਿਹਾਸ ਵਿੱਚ ਪਹਿਲੀ ਵਾਰ, ਹਾਂਜੀ ਪਹਿਲੀ ਵਾਰ ਇਲੈਕਸ਼ਨਸ ਦਿਖਾਏ ਜਾ ਰਹੇ ਨੇ ਲਾਈਵ ਟੈਲੀਕਾਸਟ ਫਾਸਟ ਵੇਵ ਪ੍ਰਾਈਮ ਤੇ, ਜਿਸ ਵਿੱਚ ਫਾਸਟ ਵੇਵ ਦੇ ਰਿਪੋਰਟਰ ਜੋ ਕਿ ਤੁਹਾਨੂੰ ਪਲ ਪਲ ਦੀ ਜਾਣਕਾਰੀ ਦੇਣਗੇ, ਕਿਉਂਕਿ ਉਹ ਹਰ ਬੂਥ, ਹਰ ਵਾਰਡ, ਹਰ ਘਟਨਾ ਤੇ ਮੌਜੂਦ ਨੇ। ਇੱਕ ਲੰਬੇ ਸਮੇਂ ਤੋਂ ਬਾਅਦ ਅੱਜ ਉਹ ਵਕਤ ਆ ਗਿਆ ਜਿਸ ਵਕਤ ਦਾ ਸਾਰਿਆਂ ਨੂੰ ਇੰਤਜ਼ਾਰ ਸੀ, ਤੇ ਪਠਾਨਕੋਟ ਦੇ ਵਾਸੀ ਚੁਣਨਗੇ ਆਪਣਾ ਮੇਅਰ, ਚੁਣਨਗੇ ਆਪਣਾ ਪਾਰਸ਼ਦ, ਤੇ ਵੱਖ ਵੱਖ ਉਮੀਦਵਾਰਾਂ ਦੀ ਕਿਸਮਤ ਕੈਦ ਹੋਏਗੀ ਈਵੀਐਮ ਮਸ਼ੀਨ ਦੇ ਵਿੱਚ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ, ਸਾਡੇ ਵੱਖ ਵੱਖ ਪ੍ਰੋਗਰਾਮ, ਚਾਹੇ ਉਹ ਪਾਰਸ਼ਦ ਦਾ ਰਿਪੋਰਟ ਕਾਰਡ ਹੋਏ, ਕੈਸਾ ਹੋ ਹਮਾਰਾ ਚੁਣਾਵ ਰਿਪੋਰਟ, ਦੀ ਪਲ ਪਲ ਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਹਨਾਂ ਪ੍ਰੋਗਰਾਮ ਦੇ ਰਾਹੀਂ ਹੀ ਅਲੱਗ ਅਲੱਗ ਉਮੀਦਵਾਰਾਂ ਨੇ ਲੋਕਾਂ ਨੂੰ ਅਪੀਲਾਂ ਕੀਤੀਆਂ, ਰੈਲੀਆਂ ਕੱਢੀਆਂ, ਤੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੀ ਉਮੀਦਾਂ ਤੇ ਖਰੇ ਉਤਰਨਗੇ। ਪਰ ਇਹ ਤੇ ਵਕਤ ਹੀ ਦੱਸੇਗਾ ਕਿ ਲੋਕਾਂ ਤੇ ਉਹਨਾਂ ਦੀ ਅਪੀਲਾਂ ਦਾ ਕੀ ਅਸਰ ਹੋਇਆ ਤੇ ਉਹਨਾਂ ਨੇ ਜਿੱਤ ਦਾ ਤਾਜ ਕਿਹਦੇ ਸਿਰ ਰੱਖਿਆ। ਫਿਲਹਾਲ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਵਾਰਡ ਨੰਬਰ 9 ਚ, ਜਿੱਥੇ ਸਾਡੇ ਸੀਨੀਅਰ ਰਿਪੋਰਟਰ ਸਤਿੰਦਰ ਜੀ ਮੌਜੂਦ ਨੇ, ਤੇ ਦੇਖਦੇ ਹਾਂ ਉਸ ਵਾਰਡ ਦੀ ਕੀ ਹਾਲਾਤ ਨੇ ਤੇ ਕਿੱਦਾਂ ਦੇ ਰੋਸ਼ ਜੋਸ਼ ਦੇ ਨਾਲ ਵੋਟਾਂ ਪਾਈਆਂ ਜਾ ਰਹੀਆਂ ਨੇ। ਜੀ ਸਤਿੰਦਰ, ਕੀ ਹਾਲਾਤ ਨੇ ਵਾਰਡ ਨੰਬਰ 9 ਦੇ? ਜੀ ਸਰਬ, ਇਸ ਵੇਲੇ ਮੈਂ ਵਾਰਡ ਨੰਬਰ 9 ਦੇ ਵਿੱਚ ਖੜੋਤਾ ਹੋਇਆ। ਤੁਸੀਂ ਦੇਖ ਰਹੇ ਹੈਗੇ ਹੋ ਕਿ ਮਿਊਂਸੀਪਲ ਕਾਰਪੋਰੇਸ਼ਨ ਪਠਾਨਕੋਟ ਦੀਆਂ ਜਿਹੜੀਆਂ ਚੋਣਾਂ ਸੀ, ਜਿਸ ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਚੱਲ ਰਿਹਾ ਸੀਗਾ, ਅੱਜ ਉਹ ਦਿਨ ਆ ਗਿਆ। ਜੀ ਹਾਂ, 14 ਫਰਵਰੀ ਜਦੋਂ ਕਿ ਜਿਹੜਾ ਹੈ ਇਹ ਮਤਦਾਨ ਜਿਹੜਾ ਇਹ ਹੋਣ ਜਾ ਰਿਹਾ। ਔਰ ਜੀ ਹਾਂ, ਇਸ ਵੇਲੇ ਮੈਂ ਵਾਰਡ ਨੰਬਰ 9 ਦੇ ਵਿੱਚ ਹਾਂ। ਵਾਰਡ ਨੰਬਰ 9 ਦੀ ਜਿਹੜੀ ਸਥਿਤੀ ਹੈ ਮੈਂ ਤੁਹਾਨੂੰ ਇਸ ਵੇਲੇ ਦੱਸਦਿਆਂ ਕਿ ਜਿਸ ਜਗ੍ਹਾ ਦੇ ਉੱਪਰ ਖੜੋਤੇ ਹਾਂ ਇਹ ਹੈ ਸੰਤ ਆਸ਼ਰਮ ਸਕੂਲ, ਜਿੱਥੇ ਕਿ ਵਾਰਡ ਨੰਬਰ 9 ਦਾ ਜਿਹੜਾ ਹੈ ਉਹ ਬੂਥ ਬਣਿਆ ਹੈ। ਮੈਂ ਬੂਥਾਂ ਦੇ ਬਾਰੇ ਅਗਰ ਗੱਲ ਕਰਨਾ ਚਾਹਾਂ ਤਾਂ ਇੱਥੇ 3 ਬੂਥ ਬਣਾਏ ਗਏ ਨੇ। ਬੂਥ ਜਿਹੜਾ ਹੈਗਾ ਹੈ 19, 20 ਅਤੇ 21 ਨੰਬਰ। ਜੀ ਹਾਂ, ਇੱਥੇ 3 ਬੂਥ ਬਣਾਏ ਗਏ ਨੇ। ਔਰ ਤਿੰਨਾਂ ਬੂਥਾਂ ਦੇ ਵਿੱਚ ਅਗਰ ਗੱਲ ਕਰੀਏ ਵੋਟਿੰਗ ਦੀ, ਤਾਂ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਨੇ ਜਿਹੜਾ ਹੈ ਆਪਣੇ ਘਰਾਂ ਤੋਂ ਨਿਕਲਣਾ ਸ਼ੁਰੂ ਕਰਤਾ, ਲੋਕ ਜਿਹੜੇ ਨੇ ਉਹ ਆ ਰਹੇ ਨੇ ਵੋਟਿੰਗ ਦੇ ਲਈ। ਔਰ ਜੇਕਰ ਨਾਲ ਹੀ ਅਗਰ ਅਸੀਂ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪੁਲਿਸ ਵੱਲੋਂ ਜਿਹੜੇ ਨੇ ਪੂਰਾ ਪ੍ਰਬੰਧ ਕੀਤੇ ਗਏ ਨੇ, ਬਕਾਇਦਾ ਇਹਨਾਂ ਦੀ ਆਈਡੀਜ਼ ਚੈੱਕ ਹੋ ਰਹੀਆਂ ਨੇ, ਬਕਾਇਦਾ ਜਿਹੜਾ ਹੈਗਾ ਚੈਕਿੰਗ ਕਰਕੇ ਅੰਦਰ ਜਾਣ ਦਿੱਤਾ ਜਾ ਰਿਹਾ, ਔਰ ਵੋਟਿੰਗ ਜਿਹੜੀ ਹੈ ਉਹ ਸਿਲਸਿਲਾਵਾਰ ਜਿਹੜੀ ਹੈ ਉਹ ਵੋਟਰਸ ਕਰ ਰਹੇ ਨੇ। ਮੈਂ ਚਾਹਾਂਗਾ ਵੀ ਇੱਕ ਵਾਰੀ ਆਪਣੇ ਕੈਮਰਾਮੈਨ ਨੂੰ ਕਿ ਉਹ ਜਿਹੜਾ ਦੂਸਰਾ ਬੂਥ ਆ ਉੱਥੇ ਵੀ ਜਿਹੜਾ ਹੈਗਾ ਉਹ ਜਨਤਾ ਨੂੰ ਦਿਖਾ ਦੇਣ ਕਿ ਸਵੇਰ ਦਾ ਟਾਈਮ ਹੈ ਔਰ ਜਨਤਾ ਜਿਹੜੀ ਉਸ ਵੇਲੇ ਵੋਟਿੰਗ ਦੇ ਲਈ ਜਿਹੜੀ ਹੈ ਉਹ ਬਹੁਤ ਹੈ। ਵਾਰਡ ਨੰਬਰ ਔਰ ਸਿਲਸਿਲਾਵਾਰ ਵੋਟਿੰਗ ਕਰਨ ਦੀ ਜਿਹੜੀ ਅਗਰ ਗੱਲ ਕਰੀਏ, ਸਰਕਾਰ ਦਾ ਮਾਹੌਲ ਹੈ ਸਮੇਂ 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 ਕੀ ਹੈ ਉਹ ਤੁਹਾਡੇ ਤੱਕ ਅਸੀਂ ਜਿਹੜੀ ਹੈ ਪਹੁੰਚਾਉਂਦੇ ਰਹਾਂਗੇ। ਔਰ ਤੁਸੀਂ ਦੇਖ ਲਓ ਕਿ ਇਸ ਵੇਲੇ ਜਿਹੜਾ ਹੈਗਾ ਬੂਥ ਨੰਬਰ 20 ਹੈ, ਬੂਥ ਨੰਬਰ 20 ਦੇ ਵਿੱਚ ਵੀ ਜਿਹੜੀ ਹੈਗੇ ਹੈ ਉਹ ਲੋਕ ਜਿਹੜੇ ਨੇ ਉਹ ਵੋਟਿੰਗ ਕਰ ਰਹੇ ਨੇ। ਔਰ ਇਸੇ ਤਰ੍ਹਾਂ ਸਿਲਸਿਲਾਵਾਰ ਜਿਹੜਾ ਹੈਗਾ ਬੂਥ ਨੰਬਰ 19, 20 ਔਰ 21, ਜਿਹੜਾ ਕਿ ਮੈਂ ਦੱਸਿਆ ਕਿ 3 ਬੂਥ ਜਿਹੜੇ ਨੇ ਇੱਥੇ ਬਣਾਏ ਗਏ ਨੇ, ਔਰ ਤਿੰਨਾਂ ਬੂਥਾਂ ਦੇ ਵਿੱਚ ਜਿਹੜੀ ਹੈ ਉਹ ਵੋਟਿੰਗ ਜਿਹੜੀ ਹੈ ਚੱਲ ਰਹੀ ਨੇ। ਔਰ ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਉਮੀਦਵਾਰ ਜਿਹੜੇ ਨੇ ਉਹ ਵੀ ਜਿਹੜੇ ਨੇ ਇਹਨਾਂ ਬੂਥਾਂ ਦੇ ਉੱਪਰ ਮੌਜੂਦ ਨੇ, ਜਿਨ੍ਹਾਂ ਨੇ ਜਿਹੜੀ ਹੈਗੀ ਹੈ ਕਿ ਪ੍ਰੋਪਰ ਤਰੀਕੇ ਦਾ ਜਿਹੜਾ ਪੂਰੀ ਕੰਪੇਨ ਦੇ ਵਿੱਚ ਜ਼ੋਰ ਲਗਾਇਆ। ਔਰ ਇਸ ਵੇਲੇ ਵੀ ਜਿਹੜੀ ਹੈਗੀ ਹੈ ਉਹ ਪੂਰਾ ਜ਼ੋਰ ਲਗਾ ਰਹੇ ਨੇ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜੀ ਹੈਗੀ ਹੈ ਘਟਨਾ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਜਿਹੜੀ ਹੈ ਉਹ ਪੇਸ਼ ਨਾ ਆਏ। ਅਤੇ ਮੈਂ ਸਿਰਫ ਚਾਹਾਂਗਾ ਵੀ ਸਾਡੇ ਇਸ ਵੇਲੇ ਜਿਹੜੇ ਭਾਜਪਾ ਦੇ ਜੋ ਉਮੀਦਵਾਰ ਹੈ ਰਾਸ਼ੀ ਵਾਸੂਦੇਵਾ, ਔਰ ਉਹਨਾਂ ਦੇ ਜਿਹੜੇ ਹਸਬੈਂਡ ਨੇ ਅਨਿਲ ਵਾਸੂਦੇਵਾ ਜੋ ਕਿ ਪਹਿਲੇ ਮੇਅਰ ਵੀ ਰਹਿ ਚੁੱਕੇ ਨੇ ਇਸ ਵਾਰਡ ਦੇ ਪੂਰੇ ਪਾਰਸ਼ਦ ਨੇ, ਉਹ ਵੀ ਨਾਲ ਨੇ। ਉਹਨਾਂ ਦੇ ਨਾਲ ਚਾਹਾਂਗਾ ਵੀ ਕੋਈ ਗੱਲਬਾਤ ਕਰ ਲਈਏ ਅਤੇ ਉਹਨਾਂ ਦੇ ਨਾਲ ਗੱਲ ਕਰਕੇ ਜਾਣਦੇ ਕਿ ਸਵੇਰ ਦਾ ਟਾਈਮ ਹੈ, ਵੋਟਿੰਗ ਸ਼ੁਰੂ ਹੋ ਚੁੱਕੀ ਹੈ, ਉਹਨਾਂ ਦਾ ਕੀ ਕਹਿਣਾ ਉਸ ਵੇਲੇ ਮੇਰੇ ਨਾਲ ਮਜ਼ਬੂਤ ਤੋਂ ਮੈਂ ਗੱਲ ਕਰਾਂਗਾ ਉਹਨਾਂ ਦੇ ਨਾਲ। ਨਮਸਕਾਰ ਜੀ ਸਰ। ਨਮਸਕਾਰ ਸਰ, ਵੋਟਿੰਗ ਦਾ ਦਿਨ ਹੈ ਅੱਜ, ਕਾਫੀ ਲੰਬੇ ਸਮੇਂ ਤੋਂ ਇਸ ਦਿਨ ਦਾ ਜਿਹੜਾ ਇੰਤਜ਼ਾਰ ਸੀਗਾ, ਸਵੇਰ ਦਾ ਟਾਈਮ ਹੈਗਾ, ਕਿੰਨਾ ਕੁ ਰਸ਼ ਜਿਹੜਾ ਔਰ ਲੋਕਾਂ ਦੇ ਵਿੱਚ ਕਿੰਨੀ ਕੁ ਜਿਹੜਾ ਉਤਸ਼ਾਹ ਹੈ ਉਹ ਨਜ਼ਰ ਆ ਰਿਹਾ? ਮੈਨੂੰ ਐਸਾ ਲੱਗਦਾ ਹੈ ਕਿ ਲੋਕ ਵੀ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ, ਬਹੁਤ ਉਤਸ਼ਾਹ ਮੈਂ ਦੇਖਣ ਨੂੰ ਮੈਨੂੰ ਮਿਲ ਰਿਹਾ। ਔਰ ਮੈਨੂੰ ਆਸ਼ਾ ਹੈ ਕਿ ਇਹ ਵੋਟਿੰਗ ਜਿਹੜੀ ਹੈ ਇਹ ਬੜੀ ਡਿਸਾਈਸਿਵ ਹੋਏਗੀ ਔਰ ਲੋਕ ਜਿਹਨੂੰ ਜਿਤਾਉਣਾ ਚਾਹੁੰਦੇ ਹੈ ਉਹਨੂੰ ਜ਼ਰੂਰ ਜਿਹੜਾ ਜਿਤਾ ਕੇ ਨਗਰ ਨਿਗਮ ਨੂੰ ਦਾ ਹਾਊਸ ਕੰਸਟੀਟਿਊਟ ਕਰਨਗੇ। ਬਿਲਕੁਲ, ਜੇਕਰ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਸਰ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ? ਪ੍ਰਬੰਧ ਅੱਛੇ ਹੈ, ਹਾਲੇ ਤੱਕ ਤਾਂ ਕੋਈ ਦਿੱਕਤ ਮੈਨੂੰ ਮਹਿਸੂਸ ਨਹੀਂ ਹੋ ਰਹੀ।
ਬਿਲਕੁਲ ਠੀਕ ਹੈ। ਔਰ ਜੇਕਰ ਅਗਾਂਹ ਆਉਣ ਵਾਲੇ ਟਾਈਮ ਦੀ ਗੱਲ ਕਰੀਏ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕੀ ਲੱਗ ਰਿਹਾ ਕਿ ਕਿੰਨਾ ਕੁ ਰਸ਼ ਜਿਹੜਾ ਇੱਥੇ ਪੈ ਜਾਵੇਗਾ? ਰਸ਼ ਹੋਏਗਾ ਰਸ਼ ਜ਼ਰੂਰ ਹੋਏਗਾ ਜੀ, ਕਿਉਂਕਿ ਇਹ ਟਾਈਮ ਵੀ ਲੱਗਦਾ ਹੈਗਾ ਵੋਟਿੰਗ ਨੂੰ, ਔਰ ਜ਼ਰੂਰ ਰਸ਼ ਹੋਏਗਾ। ਬਿਲਕੁਲ ਠੀਕ ਹੈ ਸਰ, ਮੈਂ ਬਣਿਆ ਰਹਾਂਗਾ ਸਰ ਤੁਹਾਡੇ ਨਾਲ। ਤੁਸੀਂ ਦੇਖ ਰਹੇ ਹੋ ਪਠਾਨਕੋਟ ਦੇ ਪਹਿਲੇ ਮੇਅਰ ਤੇ ਪੂਰਵ ਪਾਰਸ਼ਦ ਵਾਰਡ ਨੰਬਰ 9 ਦੇ, ਜਿਨ੍ਹਾਂ ਨੇ ਕਿਹਾ ਕਿ ਹਲੇ ਸ਼ੁਰੂਆਤ ਹੈ, ਦਿਨ ਚੜ੍ਹਿਆ ਹੈ। ਸ਼ੁਰੂਆਤ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਹੈ ਰਸ਼ ਪੈਣਾ ਸ਼ੁਰੂ ਹੋ ਗਿਆ। ਜਿਉਂ ਜਿਉਂ ਸਮੇਂ ਅੱਗੇ ਵਧੇਗਾ, ਜਿਉਂ ਜਿਉਂ ਦਿਨ ਜਿਹੜਾ ਅਗਾਂਹ ਨੂੰ ਬੀਤੇਗਾ, ਦੁਪਹਿਰ ਹੋਏਗੀ, ਤਿਉਂ ਤਿਉਂ ਇਹਨਾਂ ਨੇ ਕਿਹਾ ਵੀ ਰਸ਼ ਜਿਹੜਾ ਇੱਥੇ ਪਏਗਾ। ਔਰ ਇਹਨਾਂ ਨੇ ਇੱਕ ਗੱਲ ਸਾਫ਼ ਕੀਤੀ ਹੈ ਕਿ ਲੋਕਾਂ ਨੇ ਜਿਹੜਾ ਹੈ ਉਹ ਆਪਣਾ ਪਾਰਸ਼ਦ ਜਿਹੜਾ ਹੈ ਉਹ ਆਪਣੇ ਮਨ ਦੇ ਵਿੱਚ ਚੁਣ ਲਿਆ ਹੋਇਆ, ਔਰ ਮਨ ਦੇ ਵਿੱਚ ਚੁਣਨ ਤੋਂ ਬਾਅਦ ਬਸ ਅੱਜ ਉਹਨਾਂ ਨੇ ਉਸ ਵੋਟਰ ਦੀ ਜਿਹੜਾ ਉਮੀਦਵਾਰ ਹੈ ਉਹਦੀ ਕਿਸਮਤ ਨੂੰ EVM ਦੇ ਵਿੱਚ ਕੈਦ ਕਰਨਾ ਹੈ। ਸੋ ਕਿਸ ਤਰ੍ਹਾਂ ਦਾ ਜਿਹੜਾ ਸਮੀਕਰਨ ਨਿਕਲ ਕੇ ਆਏਗਾ ਸਾਹਮਣੇ, ਮੈਂ ਪਲ ਪਲ ਦੀ ਖਬਰ ਜਿਹੜੀ ਹੈ ਇਹ ਲਾਈਵ ਟੈਲੀਕਾਸਟ ਦੇ ਜ਼ਰੀਏ ਜਿਹੜਾ ਕਿ ਫਾਸਟ ਵੇ ਤੁਹਾਡੇ ਤੱਕ ਲੈ ਕੇ ਆ ਰਿਹਾ ਹੈ ਚੁਣਾਵ ਰਿਪੋਰਟ, ਇਹਦੀ ਖਬਰ ਜਿਹੜੀ ਹੈ ਸਰ ਮੈਂ ਤੁਹਾਨੂੰ ਦਿੰਦਾ ਰਹਾਂਗਾ। ਜੀ ਸਰ। ਹਾਂਜੀ ਸਿੰਦਰ, ਤੇ ਉੱਥੇ ਪਬਲਿਕ ਕੀ ਕਹਿ ਰਹੀ ਹੈ? ਜੀ ਸਰ, ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਵੀ ਇਸ ਵੇਲੇ ਵੋਟਰ ਜਿਹੜੇ ਨੇ ਉਹ ਵੋਟਿੰਗ ਕਰਕੇ ਆ ਰਹੇ ਨੇ। ਅਸੀਂ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ। ਸਰ ਕੀ ਨਾਂ ਹੈ ਤੁਹਾਡਾ? ਸਰ ਰਾਜੇਸ਼ ਕੁਮਾਰ। ਰਾਜੇਸ਼ ਕੁਮਾਰ ਜੀ, ਤੁਸੀਂ ਵੋਟਿੰਗ ਕਰਨ ਆਏ ਹੋ, ਕੀ ਕਹਿਣਾ ਚਾਹੋਗੇ? ਸਰ ਹਮਾਰੇ ਜੋ ਅਨਿਲ ਵਸੂ ਦਵਾਈ ਜੀ ਹੈ ਹਮਾਰੇ ਵਾਰਡ ਮੇਂ ਬਹੁਤ ਅੱਛਾ ਕੰਮ ਕਰਵਾਇਆ ਥਾ ਔਰ ਹਮ ਖੁਸ਼ੀ ਹਮਨੇ ਉਨਕੋ ਵੋਟ ਡਾਲਾ। ਬਿਲਕੁਲ ਠੀਕ ਹੈ। ਕਿੱਦਾਂ ਦਾ ਪਾਰਸ਼ਦ ਜਿਹੜਾ ਹੈ ਤੁਸੀਂ ਆਪਣੇ ਵਾਰਡ ਦੇ ਵਿੱਚ ਚਾਹੁੰਦੇ ਹੋ ਔਰ ਕੀ ਵਿਕਾਸ ਚਾਹੁੰਦੇ ਹੋ ਵਾਰਡ ਦਾ? ਜੈਸੇ ਹਮਾਰੇ ਵਾਰਡ ਮੇਂ ਹਮਾਰਾ ਸਾਰਾ ਸੀਵਰ ਕਾ ਕਾਮ ਹੋ, ਪਾਣੀ ਕਾ ਕਾਮ ਹੋ, ਪਾਣੀ ਅੱਛਾ ਆਉਣਾ ਚਾਹੀਏ, ਸੀਵਰੇਜ ਸਾਫ਼ ਹੋਣਾ ਚਾਹੀਏ, ਗੱਡੀਆਂ ਸਾਫ਼ ਹੋਣੀ ਚਾਹੀਏ ਔਰ ਆਪਣਾ ਗਲੀ ਸਾਫ਼ ਸੁਥਰੀ ਰਹਿਣੀ ਚਾਹੀਏ। ਉਹ ਇਸ ਦੀ ਵਜ੍ਹਾ ਸੇ ਹਮ ਅਨਿਲ ਵਸੂ ਜੀ ਕੋ ਵੋਟ ਡਾਲਾ। ਬਿਲਕੁਲ ਠੀਕ ਹੈ ਜੀ। ਸਰ ਤੁਸੀਂ ਸੁਣਿਆ ਕਿ ਲੋਕਾਂ ਦਾ ਇਹ ਕਹਿਣਾ ਹੈ ਕਿ ਉਹ ਆਪਣੇ ਵਾਰਡ ਦਾ ਵਿਕਾਸ ਚਾਹੁੰਦੇ ਨੇ, ਉਹ ਚਾਹੁੰਦੇ ਨੇ ਕਿ ਉਹਨਾਂ ਦੇ ਵਾਰਡ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਨੇ, ਪਾਰਸ਼ਦ ਅਜਿਹਾ ਆਉਣਾ ਚਾਹੀਦਾ ਕਿ ਜਿਹੜਾ ਉਹਨਾਂ ਦੀਆਂ ਜ਼ਰੂਰਤਾਂ, ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਪੂਰੀਆਂ ਕਰੇ। ਮੈਂ ਮੈਮ ਨਾਲ ਗੱਲ ਕਰਨਾ ਚਾਹੁੰਗਾ। ਮੈਮ ਕੀ ਨਾਂ ਹੈ ਤੁਹਾਡਾ ਜੀ? ਮੈਡਮ ਤੁਸੀਂ ਦੱਸੋ ਵੀ ਅੱਜ ਵੋਟ ਪਾ ਕੇ ਆਏ ਹੋ, ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ, ਖੁਸ਼ੀ ਮਹਿਸੂਸ ਕਰ ਰਹੇ ਹੋ? ਜੀ, ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਅਸੀਂ। ਹਾਂਜੀ ਬਿਲਕੁਲ, ਕਿਉਂਕਿ ਮਤ ਦਾ ਜਿਹੜਾ ਹੈ ਅਧਿਕਾਰ ਜਿਹੜਾ ਸਾਰਿਆਂ ਨੂੰ ਹੈ ਔਰ ਮਤਦਾਨ ਕਰਨਾ ਜਿਹੜਾ ਹੈ ਬਹੁਤ ਵੱਡੀ ਗੱਲ ਹੈ। ਤੁਸੀਂ ਮਤਦਾਨ ਕਰਕੇ ਆਏ ਹੋ, ਕਿਸ ਤਰ੍ਹਾਂ ਦਾ ਵਿਕਾਸ ਚਾਹੁੰਦੇ ਹੋ ਵਾਰਡ ਦੇ ਵਿੱਚ? ਬਸ ਅਨਿਲ ਵਾਸੂਦੇਵ ਜੀ ਨੂੰ ਚਾਹੁੰਦੇ ਹਾਂ ਅਸੀਂ ਕਿ ਇਹ ਸਾਡੇ ਅੱਗੇ ਵੀ ਖੜੇ ਸੀ, ਸਾਡੇ ਮਹੱਲੇ ਦੀ ਬਹੁਤ ਇਹਨਾਂ ਨੇ ਕੀਤਾ। ਜੇ ਕੋਈ ਵੀ ਸਾਨੂੰ ਪ੍ਰੋਬਲਮ ਹੋਏ ਅਸੀਂ ਇਹਨਾਂ ਨੂੰ ਫੋਨ ਕਰਦੇ ਸੀ, ਇਹ ਆਪਣੇ ਆਪ ਆਉਂਦੇ ਸੀ। ਕੋਈ ਵੀ ਪ੍ਰੋਬਲਮ ਹੋਏ, ਕੋਈ ਸਫਾਈ ਵਾਲਾ ਨਾ ਆਏ, ਕੋਈ ਵੀ ਪ੍ਰੋਬਲਮ ਹੁੰਦੀ ਸਾਨੂੰ ਤਾਂ ਆਉਂਦੀ ਸੀ, ਆਪਣੇ ਆਪ ਆ ਜਾਂਦੇ ਅਸੀਂ ਫੋਨ ਕਰਦੇ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਸਰਬ ਤੁਸੀਂ ਦੇਖ ਰਹੇ ਹੋ ਕਿ ਲੋਕ ਜਿਹੜੇ ਨੇ ਉਹ ਆ ਰਹੇ ਨੇ ਵੋਟਿੰਗ ਦੇ ਲਈ ਔਰ ਵੋਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ ਲੋਕਾਂ ਦਾ ਜਿਹੜਾ ਹੈ ਸਿਲਸਿਲੇਵਾਰ ਘਰੋਂ ਨਿਕਲਣਾ ਔਰ ਵੋਟਿੰਗ ਵਾਲੇ ਸਥਾਨ ਦੇ ਉੱਪਰ ਆਉਣਾ ਤੁਸੀਂ ਦੇਖ ਰਹੇ ਹੋ। ਔਰ ਖਾਸ ਕਰਕੇ ਮੈਂ ਦਿਖਾਉਣਾ ਚਾਹਾਂਗਾ ਆਪਣੇ ਕੈਮਰਾਮੈਨ ਨੂੰ, ਕਹਾਂਗਾ ਕਿ ਉਹ ਜਨਤਾ ਨੂੰ ਦਿਖਾਓ ਵੀ ਨਾਰੀ ਸ਼ਕਤੀ ਜਿਹੜੀ ਹੈ ਉਹ ਬਹੁਤਾਤ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਸਵੇਰ ਤੋਂ ਹੀ ਜਿਹੜੀ ਹੈ ਉਹ ਆ ਕਰਕੇ ਜਿਹੜੀ ਹੈ ਉਹ ਵੋਟਿੰਗ ਕਰਨਾ ਉਹਨਾਂ ਨੇ ਸ਼ੁਰੂ ਕਰਤਾ ਹੈ। ਇਹਦੇ ਪਿੱਛੇ ਕਈ ਗੱਲਾਂ ਹੋ ਸਕਦੀਆਂ ਨੇ ਕਿਉਂਕਿ ਜਿਹੜੀ ਨਾਰੀ ਸ਼ਕਤੀ ਹੈ ਇਹਨਾਂ ਨੇ ਘਰ ਦੇ ਕੰਮ ਵੀ ਕਰਨੇ ਹੁੰਦੇ ਨੇ ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਿਹੜੇ 50% ਜਿਹੜਾ ਆਰਕਸ਼ਣ ਹੈ ਇਸ ਮਿਊਂਸੀਪਲ ਕਾਰਪੋਰੇਸ਼ਨ ਪਠਾਨਕੋਟ ਦੇ ਵਿੱਚ ਨਾਰੀ ਸ਼ਕਤੀ ਦਾ ਉਹਦਾ ਮੈਂ ਦੱਸਣਾ ਚਾਹਾਂਗਾ। ਮੈਂ ਮੈਮ ਆਪਸੇ ਬਾਤ ਕਰਨਾ ਚਾਹੂੰਗਾ। ਕਿਆ ਨਾਮ ਹੈ ਮੈਮ ਆਪਕਾ? ਮੇਰਾ ਗੀਤਾ ਸ਼ਰਮਾ ਜੀ। ਮੈਮ ਕਿਆ ਕਹਿਣਾ ਚਾਹੇਂਗੇ ਆਪ? ਵੋਟਿੰਗ ਕਰਨੇ ਕੇ ਲਈ ਆਏ ਹੈ, ਕਿਸ ਤਰ੍ਹਾਂ ਕਾ ਵਾਰਡ ਮੇਂ ਵਿਕਾਸ ਚਾਹਤੇ ਹੈ ਆਪ? ਕਿਆ ਸੋਚ ਕਰਕੇ ਆਏ ਹੈ ਮਨ ਮੇਂ ਕਿ ਆਜ ਵੋਟ ਕਰਨੇ ਜਾਣਾ ਹੈ ਔਰ ਕੈਸਾ ਪਾਰਸ਼ਦ ਚੁਣਨਾ ਹੈ? ਮੈਂ ਸਭ ਅੱਛਾ ਹੀ ਹੋ, ਅੱਛੇ ਕੇ ਲਈ ਅੱਛੇ ਕੇ ਲਈ ਆਏ ਹੈਂ। ਅੱਛਾ ਹਾਂਜੀ ਮੈਮ, ਆਪ ਸੁਬਹੇ ਸੁਬਹੇ ਹੀ ਵੋਟਿੰਗ ਕੇ ਲਈ ਆ ਗਏ, ਇਸ ਕੇ ਲਈ ਕਿਆ ਕਹਿਣਾ ਹੈ? ਹਰ ਬਾਰ ਸੁਬਹੇ ਸੁਬਹੇ ਹੀ ਆਤੇ ਹੈਂ। ਬਿਲਕੁਲ ਠੀਕ ਹੈ। ਤੋ ਸਰਬ ਤੁਸੀਂ ਦੇਖਿਆ ਕਿ ਨਾਰੀ ਸ਼ਕਤੀ ਜਿਹੜੀ ਹੈ ਉਹਨਾਂ ਦੇ ਮਨ ਦੇ ਵਿੱਚ ਵੀ ਇਹੀ ਗੱਲ ਹੈ ਕਿ ਉਹ ਚਾਹੁੰਦੇ ਨੇ ਕਿ ਜਿਹੜਾ ਵਾਰਡ ਦਾ ਵਿਕਾਸ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਉਹ ਇਹ ਚਾਹੁੰਦੇ ਨੇ ਕਿ ਸਭ ਅੱਛਾ ਹੋ, ਕਿ ਸਾਰੇ ਪਾਸੇ ਜਿਹੜਾ ਹੈ ਉਹ ਅੱਛਾ ਹੀ ਹੋਣਾ ਚਾਹੀਦਾ ਹੈ। ਔਰ ਮੈਂ ਦੱਸਣਾ ਚਾਹਾਂਗਾ ਕਿ ਇਹ ਵਾਰਡ ਨੰਬਰ 9 ਹੈ, ਇੱਕ ਵਾਰ ਫਿਰ ਤੋਂ ਆਪਣੇ ਪੂਰੇ ਸ਼ਹਿਰ ਦੀ ਜਨਤਾ ਨੂੰ, ਵਾਰਡ ਨੰਬਰ 9 ਹੈ ਜਿੱਥੇ ਕਿ 3 ਬੂਥ ਬਣਾਏ ਗਏ ਨੇ, ਬੂਥ ਨੰਬਰ 19, 20 ਅਤੇ 21 ਔਰ ਇਹ ਤਿੰਨਾਂ ਬੂਥਾਂ ਦੇ ਉੱਪਰ ਜਿਹੜੀ ਹੈ ਵੋਟਿੰਗ ਹੋ ਰਹੀ ਹੈ। ਔਰ ਦੂਸਰੇ ਪਾਸੇ ਮੈਂ ਦਿਖਾਉਣਾ ਚਾਹਾਂਗਾ ਪੁਲਿਸ ਪ੍ਰਸ਼ਾਸਨ, ਜੀ ਹਾਂ ਪੁਲਿਸ ਪ੍ਰਸ਼ਾਸਨ ਦਾ ਬਹੁਤ ਵਧੀਆ ਜਿਹੜਾ ਉਹ ਕੰਮ ਜਿਹੜਾ ਉਹ ਹੋ ਰਿਹਾ ਹੈ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਿਹਾ। ਬਕਾਇਦਾ ਪਰਚੀ ਚੈੱਕ ਕੀਤੀ ਜਾ ਰਹੀ ਹੈ, ਬਕਾਇਦਾ ਵੋਟਰ ਕਾਰਡ ਚੈੱਕ ਕੀਤਾ ਜਾ ਰਿਹਾ ਔਰ ਵੋਟਰ ਕਾਰਡ ਚੈੱਕ ਕਰਕੇ ਬਕਾਇਦਾ ਜਿਹੜਾ ਹੈਗਾ ਪਰਚੀ ਦੇ ਉੱਪਰ ਨਾਮ, ਸਲਿੱਪ ਨੰਬਰ ਜਿਹੜਾ ਹਰ ਚੀਜ਼ ਚੈੱਕ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਜਿਹੜਾ ਉਹ ਵੋਟਰ ਨੂੰ ਜਿਹੜਾ ਉਹ ਅੰਦਰ ਆਉਣ ਦਿੱਤਾ ਜਾ ਰਿਹਾ। ਸੋ ਇਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਉਹ
ਬਹੁਤ ਵਧੀਆ ਪ੍ਰਬੰਧ ਜਿਹੜੇ ਨੇ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੀਤੇ ਗਏ ਨੇ ਔਰ ਕੱਲ੍ਹ ਦੀ ਖਬਰ ਦੇ ਵਿੱਚ ਵੀ ਜਿਹੜਾ ਅਸੀਂ ਆਪਣੀ ਜਨਤਾ ਨੂੰ ਦਿਖਾਇਆ ਸੀਗਾ ਵੀ ਜਿਹੜੇ ਸਾਡੇ SSP ਗੁਲਨੀਤ ਖੁਰਾਨਾ ਨੇ ਉਹਨਾਂ ਨੇ ਵੀ ਜਿਹੜਾ ਇਸ ਗੱਲ ਦਾ ਜਿਹੜਾ ਹਵਾਲਾ ਦਿੰਦੇ ਹੋਏ ਕਿਹਾ ਸੀਗਾ ਕਿ ਬਹੁਤ ਵਧੀਆ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਪੂਰੇ ਸ਼ਹਿਰ ਪਠਾਨਕੋਟ ਦੇ ਵਿੱਚ ਕੀਤੇ ਗਏ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਕੋਈ ਘਟਨਾ ਔਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਿਹੜੀ ਹੈ ਉਹ ਜਨਤਾ ਨੂੰ ਨਾ ਆਵੇ, ਉਮੀਦਵਾਰਾਂ ਨੂੰ ਨਾ ਆਵੇ, ਪਾਰਟੀ ਨੂੰ ਨਾ ਆਵੇ। ਸੋ ਸਰ ਮੈਂ ਤੁਹਾਡੇ ਨਾਲ ਬਣਿਆ ਰਹਾਂਗਾ। ਸੰਤੋਸ਼ ਬਿੱਟੂ ਅਗਰਵਾਲ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ, ਕੀ ਉਹ ਵੋਟ ਪਾਉਣ ਆਏ ਨੇ ਤੇ ਉਹਨਾਂ ਦਾ ਕੀ ਕਹਿਣਾ ਹੈ? ਜੀ ਸਰਵ, ਇਸ ਵੇਲੇ ਮੈਂ ਕਾਂਗਰਸ ਪ੍ਰਤਿਆਸ਼ੀ ਸੰਤੋਸ਼ ਬਿੱਟੂ ਅਗਰਵਾਲ ਦੀ ਜੀ ਦੇ ਨਾਲ ਹਾਂ ਜੋ ਕਿ ਵੋਟਿੰਗ ਕਰਨ ਦੇ ਲਈ ਜਾ ਰਹੇ ਨੇ। ਅਸੀਂ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਕਿੰਨਾ ਉਤਸ਼ਾਹ ਇਹਨਾਂ ਦੇ ਵਿੱਚ। ਮੈਮ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਇਸ ਲਾਈਵ ਟੈਲੀਕਾਸਟ ਦੇ ਵਿੱਚ ਔਰ ਮੈਂ ਜਾਣਨਾ ਚਾਹਾਂਗਾ ਕਿੰਨਾ ਉਤਸ਼ਾਹ ਹੈ। ਮੈਡਮ, ਅੱਜ ਦੇ ਦਿਨ ਦਾ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਸੀ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਸੀ। ਉਤਸ਼ਾਹ ਤਾਂ ਵੈਰੀ ਹਾਈ ਐਂਡ 100% ਨਹੀਂ 1000%। ਔਰ ਬੜੀ ਅੱਛੀ ਤਰ੍ਹਾਂ ਸਾਰੇ ਲੋਕ ਪੋਲਿੰਗ ਕਰਨ ਓਪਨਲੀ ਆ ਰਿਹਾ। ਮੈਂ ਆਪਣੀ ਬੇਟੀ ਨਾਲ ਪੋਲਿੰਗ ਕਰਨ ਜਾ ਰਹੀ ਹਾਂ, ਪਰਿਵਾਰ ਸਾਰਾ ਇੱਥੇ ਹੈ। ਪਰਿਵਾਰ ਮੀਨਸ ਵਾਰਡ ਨੰਬਰ 9, ਮੇਰਾ ਵਾਰਡ, ਮੇਰਾ ਪਰਿਵਾਰ, ਸਾਰਾ ਪਰਿਵਾਰ ਵੋਟਿੰਗ ਕਰਨ ਲਈ ਆ ਰਿਹਾ। ਅਰੇਂਜਮੈਂਟਸ ਬਿਲਕੁਲ ਠੀਕ ਹੈ, ਸ਼ਾਂਤੀਮਈ ਢੰਗ ਨਾਲ ਵੋਟਿੰਗ ਹੋ ਰਹੀ ਹੈ ਅਤੇ ਮੈਨੂੰ ਪਤਾ ਹੈ ਕਿ ਮੇਰੇ ਮਾਲਿਕ ਨੇ ਬੜੀ ਮਿਹਰ ਕਰਨੀ ਹੈ। ਬਿਲਕੁਲ ਮੈਮ, ਜਿਹੜੇ ਪ੍ਰਬੰਧਾਂ ਦੀ ਤੁਸੀਂ ਗੱਲ ਕੀਤੀ ਹੈਗੀ ਹੈ, ਜੋ ਪ੍ਰਬੰਧ ਪੁਲਿਸ ਵੱਲੋਂ ਕੀਤੇ ਗਏ ਨੇ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੇ ਗਏ ਨੇ, ਉਹ ਤੁਹਾਡੀ ਨਜ਼ਰ ਦੇ ਵਿੱਚ ਬਿਲਕੁਲ ਠੀਕ ਹੈ ਜੀ, ਕੀ ਕਹਿਣਾ ਚਾਹੋਗੇ? ਹਾਂ, ਠੀਕ ਹੈ, ਬਿਲਕੁਲ ਬਿਲਕੁਲ ਠੀਕ ਹੈ, ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏਗੀ। ਬਿਲਕੁਲ ਠੀਕ ਹੈ ਮੈਮ। ਮੈਂ ਜਾਣਨਾ ਚਾਹਾਂਗਾ ਵੀ ਹਾਲੇ ਜਿਹੜਾ ਹੈਗਾ ਹੈ ਉਹ ਸਵੇਰ ਸਵੇਰ ਦਾ ਟਾਈਮ ਹੈ, ਵੋਟਿੰਗ ਸ਼ੁਰੂ ਹੋਏ ਨੂੰ ਜਿਹੜਾ ਹੈ ਉਹ ਲਗਭਗ 1 ਘੰਟੇ ਦੇ ਕਰੀਬ ਜਿਹੜਾ ਹੈ ਉਹ ਹੋ ਹੀ ਚੱਲਿਆ ਹੈ, ਅਤੇ ਕੀ ਲੱਗ ਰਿਹਾ ਤੁਹਾਨੂੰ ਲੋਕਾਂ ਦੇ ਵਿੱਚ ਕਿ ਕਿੰਨਾ ਕੁ ਉਤਸ਼ਾਹ ਹੈ, ਲੋਕਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਅੱਛਾ ਉਤਸ਼ਾਹ ਹੈ, ਮੈਂ ਤਾਂ ਬਹੁਤ ਹੈਰਾਨ ਹਾਂ ਖੁਦ ਦੇਖ ਕੇ ਕਿ ਲੋਕ ਕਿੰਨਾ ਟਾਈਮ ਨਾਲ ਟਾਈਮਲੀ ਆ ਕੇ ਬੜੀ ਪੀਸਫੁਲੀ ਆਪਣਾ ਵੋਟ ਕਾਸਟ ਕਰ ਰਹੇ ਹੈ ਔਰ ਬੜੇ ਖੁਸ਼ ਵਾਪਿਸ ਜਾ ਰਹੇ ਹੈ। ਬਿਲਕੁਲ ਜੀ। ਸਰ ਮੈਂ ਦੱਸਣਾ ਚਾਹਾਂਗਾ ਕਿ ਸੰਤੋਸ਼ ਬਿੱਟੂ ਅਗਰਵਾਲ ਜੀ ਦੀ ਬੇਟੀ ਉਹਨਾਂ ਦੇ ਨਾਲ ਆਏ ਨੇ ਵੋਟਿੰਗ ਕਰਨ, ਉਹ ਆਪਣੇ ਮਾਤਾ ਜੀ ਦਾ, ਆਪਣੀ ਮੋਮ ਦਾ ਪੂਰਾ ਸਾਥ ਦੇ ਰਹੇ ਨੇ। ਕੀ ਨਾਂ ਹੈ ਤੁਹਾਡਾ ਜੀ? ਅੰਕਿਤਾ। ਕੀ ਲੱਗ ਰਿਹਾ, ਕਿੰਨਾ ਉਤਸ਼ਾਹ ਹੈਗਾ ਹੈ ਵੋਟਿੰਗ ਦੇ ਵਿੱਚ ਔਰ ਕਿੰਨੀ ਸਪੋਰਟ ਹੈ ਪੂਰੀ ਫੈਮਿਲੀ? ਪੂਰੀ ਫੈਮਿਲੀ ਦੀ ਸਪੋਰਟ ਤਾਂ ਹਮੇਸ਼ਾ ਹੈਗੀ ਹੈ ਔਰ ਵੋਟਿੰਗ ਕਾ ਵੀ ਬਹੁਤ ਉਤਸ਼ਾਹ ਹੈ, ਸਭ ਲੋਕ ਖੁਸ਼ੀ ਖੁਸ਼ੀ ਆ ਰਹੇ ਹੈ। ਹਮ ਲੋਕ ਵੀ ਬਾਹਰ ਬੈਠੇ ਤੇ ਬੂਥ ਕੇ ਉੱਪਰ, ਜੈਸਾ ਹੋਗਾ ਅਬ ਅੱਛਾ ਹੋਗਾ। ਜੀ, ਅਰੇਂਜਮੈਂਟਸ ਕੀ ਅਗਰ ਬਾਤ ਕਰੇ ਤੋ ਅਰੇਂਜਮੈਂਟਸ ਆਪਕੋ ਕੈਸੇ ਲੱਗ ਰਹੇ ਹੈਂ? ਠੀਕ ਹੈ ਅਰੇਂਜਮੈਂਟਸ? ਅਰੇਂਜਮੈਂਟਸ ਅੱਛੇ ਹੈ ਅਭੀ ਤੱਕ ਤੋ। ਜੀ, ਬਿਲਕੁਲ ਠੀਕ ਹੈ। ਔਰ ਕਿਆ ਕਹਿਣਾ ਚਾਹੇਂਗੇ ਆਪ, ਬੈਸਟ ਵਿਸ਼ਿਸ ਕੈਸੇ ਦੇਂਗੇ ਆਪਣੇ ਮੋਮ ਕੋ? ਮੰਮਾ ਕੇ ਸਾਥ ਤੋ ਬੈਸਟ ਵਿਸ਼ਿਸ ਹਮੇਸ਼ਾ ਹੈ, ਸਭ ਕੇ ਸਾਥ ਬੈਸਟ ਵਿਸ਼ਿਸ, ਪੂਰੇ ਵਾਰਡ ਕੇ ਲਈ ਬੈਸਟ ਵਿਸ਼ਿਸ, ਸਭ ਕੇ ਲਈ ਜੋ ਅੱਛਾ ਹੋਗਾ ਵੋ ਹੋ। ਬਿਲਕੁਲ ਠੀਕ ਹੈ ਸਰਬ, ਤੁਸੀਂ ਦੇਖਿਆ ਕਿ ਸੰਤੋਸ਼ ਬਿੱਟੂ ਅਗਰਵਾਲ ਜੀ ਜਿਨ੍ਹਾਂ ਨੇ ਕਿਹਾ ਕਿ ਵਾਰਡ ਹੀ ਉਹਨਾਂ ਦਾ ਪਰਿਵਾਰ ਹੈ ਔਰ ਪੂਰੇ ਪਰਿਵਾਰ ਦੇ ਨਾਲ ਜਿਹੜਾ ਹੈ ਉਹ ਵੋਟਿੰਗ ਕਰਨ ਜਾ ਰਹੇ ਨੇ। ਫਾਸਟ ਵੀ ਦੀਆਂ ਬੈਸਟ ਵਿਸ਼ਿਸ ਵੀ ਜਿਹੜੀਆਂ ਨੇ ਇਹਨਾਂ ਦੇ ਨਾਲ ਨੇ ਔਰ ਨਤੀਜੇ ਕੀ ਰਹਿਣਗੇ ਤੇ ਆਉਣ ਵਾਲਾ ਸਮੇਂ ਦੱਸੇਗਾ, ਫਿਲਹਾਲ ਸਾਡੀਆਂ ਬੈਸਟ ਵਿਸ਼ਿਸ ਨੇ। ਮੈਮ, ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਇਸ ਲਾਈਵ ਟੈਲੀਕਾਸਟ ਦੇ ਵਿੱਚ ਜੁੜੇ ਔਰ ਹੁਣ ਤੁਸੀਂ ਵੋਟ ਕਰਨ ਜਾ ਰਹੇ ਹੋ, ਸਾਡੀਆਂ ਬੈਸਟ ਵਿਸ਼ਿਸ ਤੁਹਾਡੇ ਨਾਲ ਨੇ ਜੀ। ਥੈਂਕ ਯੂ। ਔਰ ਮੈਨੂੰ ਵੀ ਬੜੀ ਖੁਸ਼ੀ ਹੈ, ਬਹੁਤ ਅੱਛਾ ਲੱਗ ਰਿਹਾ ਹੈ, ਨਾਲ ਗੁਰਦੁਆਰਾ ਸਾਹਿਬ ਹੈ, ਇੱਥੋਂ ਵੀ ਦੁਆਵਾਂ ਬਲੈਸਿੰਗਸ ਮਿਲ ਰਹੀਆਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਜੋ ਮੇਰੇ ਵਾਸਤੇ ਬਿਹਤਰ ਹੋਏਗਾ ਉਹ ਮੇਰਾ ਪਰਮਾਤਮਾ ਮੇਰੇ ਲਈ ਜ਼ਰੂਰ ਕਰੇਗਾ। ਦੂਜੀ ਤਰਫ BJP ਦੇ ਰਾਸ਼ੀ ਵਾਸੂਦੇਵਾ, ਉਹਨਾਂ ਦੇ ਕੀ ਕਹਿਣਾ ਤੇ ਕੀ ਜ਼ੋਰ ਲਗਾ ਰਹੇ ਨੇ ਉਹ ਆਪਣੀ ਜਿੱਤ ਦੇ ਲਈ? ਜੀ ਸਰਬ, ਤੁਸੀਂ ਕਾਂਗਰਸ ਪ੍ਰਤਿਆਸ਼ੀ ਨੂੰ ਸੁਣਿਆ, ਮੈਂ ਜਾਣਨਾ ਚਾਹ ਰਿਹਾ ਸੀਗਾ ਕਿ ਔਰ ਮੈਨੂੰ ਵੀ ਲੱਗ ਰਿਹਾ ਸੀਗਾ ਵੀ ਤੁਹਾਡੇ 'ਚ ਉਤਸੁਕਤਾ ਹੋਏਗੀ ਕਿ ਕਾਂਗਰਸ ਪ੍ਰਤਿਆਸ਼ੀ ਦੇ ਨਾਲ ਨਾਲ ਜਿਹੜੇ BJP ਦੇ ਪ੍ਰਤਿਆਸ਼ੀ ਹੈਗੇ ਨੇ ਉਹ ਕਿੱਥੇ ਨੇ। ਮੈਂ ਬਿਲਕੁਲ BJP ਪ੍ਰਤਿਆਸ਼ੀ ਉਹਨਾਂ ਦੇ ਨਾਲ ਹੀ ਨਾ ਇਸ ਵੇਲੇ ਮੈਂ ਗੱਲ ਕਰਵਾਉਣਾ ਉਹਨਾਂ ਦੇ ਨਾਲ ਤੁਹਾਡੀ। ਜੀ ਮੈਮ, ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਵੋਟਿੰਗ ਜਿਹੜੀ ਹੈ ਉਹ ਹੋ ਰਹੀ ਹੈ, ਤੁਸੀਂ ਬਹੁਤ ਜ਼ੋਰ ਲਗਾਇਆ, ਕੰਪੇਨਿੰਗ ਕੀਤੀ ਹੈ ਔਰ ਅੱਜ ਉਹ ਦਿਨ ਆ ਗਿਆ ਕਿ ਵੋਟਿੰਗ ਜਿਹੜੀ ਹੈ ਉਹ ਸ਼ੁਰੂ ਹੈ, ਕੀ ਕਹਿਣਾ ਚਾਹੋਗੇ? ਅਸੀਂ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਲੋਕ ਲੱਗ ਰਹੇ ਨੇ, ਸਵੇਰੇ ਸਵੇਰੇ ਹੀ ਆਉਣਾ ਸ਼ੁਰੂ ਹੋ ਗਏ ਨੇ ਔਰ ਠੀਕ ਹੀ ਲੱਗ ਰਿਹਾ ਹੈ। ਅਸੀਂ ਦੇਖਦੇ ਹਾਂ ਜਦੋਂ ਸ਼ਾਮ ਤੱਕ ਕਿਸ ਤਰ੍ਹਾਂ ਚੱਲਦਾ ਹੈ, ਬਟ ਪੋਜ਼ਿਟਿਵ ਲੱਗ ਰਿਹਾ ਹੈ ਅਤੇ ਲੋਕ ਵੀ ਕਾਫੀ ਆ ਰਹੇ ਨੇ ਆਪਣੇ ਐਨਥੂਸੀਆਸਟ। ਜੇਕਰ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਕਿੱਥੇ? ਮੈਡਮ, ਇੱਥੇ ਜਿੱਥੇ ਵੋਟਿੰਗ ਹੋ ਰਹੀ ਹੈ ਪ੍ਰਬੰਧ ਜਿਹੜੇ ਨੇ ਉਹ ਪੁਲਿਸ ਵੱਲੋਂ ਜਾਂ ਪ੍ਰਸ਼ਾਸਨਿਕ ਦੇ ਵੱਲੋਂ ਠੀਕ? ਹਾਂਜੀ ਠੀਕ ਹੈ, ਜਿਸ ਤਰ੍ਹਾਂ ਉਹ ਕਹਿ ਰਹੇ ਨੇ ਅਸੀਂ ਉਸ ਤਰ੍ਹਾਂ ਹੀ ਕੀਤਾ ਅਤੇ ਅਸੀਂ, ਤੁਸੀਂ ਦੇਖ ਸਕਦੇ ਬਾਹਰ ਹੀ ਆ, ਉਹ ਕਹਿੰਦੇ ਅੰਦਰ ਨਹੀਂ, ਤੁਸੀਂ ਅੰਦਰ ਬਾਹਰ ਚੱਕਰ ਮਾਰੋ, ਅਸੀਂ ਠੀਕ ਹੈ, ਕੋਈ ਇਸ ਤਰ੍ਹਾਂ ਦੀ ਨਹੀਂ ਹੈ ਗੱਲ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਔਰ ਜੇਕਰ ਜਨਤਾ ਦੀ ਗੱਲ ਕਰੀਏ ਤਾਂ ਜਨਤਾ ਦੇ ਵਿੱਚ ਕਿਹੜਾ, ਜਿਸ ਤਰ੍ਹਾਂ ਦਾ ਉਤਸ਼ਾਹ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੇਰੇ ਖਿਆਲ ਜਨਤਾ 'ਚ ਉਸ ਉਤਸ਼ਾਹ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਸਵੇਰੇ ਸਵੇਰੇ ਹੀ ਲੋਕ ਆਉਣ ਸ਼ੁਰੂ ਹੋ ਗਏ ਨੇ ਅਤੇ ਆਪਣਾ ਆਪਣਾ ਵੋਟ ਕਾਸਟ ਕਰ ਰਹੇ ਨੇ, ਸਾਨੂੰ ਪੋਜ਼ਿਟਿਵ ਲੱਗ ਰਿਹਾ।
ਔਰ ਠੀਕ ਲੱਗ ਰਿਹਾ। ਬਿਲਕੁਲ ਠੀਕ ਹੈ ਮੈਡਮ, ਸਾਡੀ ਬੈਸਟ ਵਿਸ਼ਿਜ਼ ਤੁਹਾਡੇ ਨਾਲ ਨੇ ਜੀ। ਥੈਂਕ ਯੂ ਜੀ। ਤਾਂ ਸਰਬ ਤੁਸੀਂ ਦੇਖਿਆ ਕਿ ਇਹ ਸਨ ਭਾਰਤੀ ਜਨਤਾ ਪਾਰਟੀ ਦੇ ਜੋ ਪ੍ਰਤਿਆਸ਼ੀ ਨੇ ਰਾਸੀ ਵਾਸੁਦੇਵਾ, ਜਿਨ੍ਹਾਂ ਨੇ ਕਿਹਾ ਕਿ ਉਹ ਸੈਟਿਸਫਾਈ ਨੇ ਪੁਲਿਸ ਪ੍ਰਬੰਧਾਂ ਤੋਂ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜੋ ਵੀ ਉਹਨਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਨੇ ਉਹ ਉਹਨਾਂ ਹਿਦਾਇਤਾਂ ਦਾ ਵੀ ਪਾਲਣ ਕਰ ਰਹੇ ਨੇ। ਸਮੇਂ ਸਮੇਂ ਸਿਰ ਜਿਹੜਾ ਹੈ ਇਹ ਰਿਪੋਰਟ ਜਿਹੜੀ ਅਸੀਂ ਤੁਹਾਨੂੰ ਦਿੰਦੇ ਰਹਾਂਗੇ। ਫਿਲਹਾਲ ਸਰਬ ਮੈਂ ਦੱਸਣਾ ਚਾਹਾਂਗਾ ਕਿ ਮੈਂ ਵਾਰਡ ਨੰਬਰ 9 ਦੇ ਵਿੱਚ ਹਾਂ, ਜਿੱਥੇ 3 ਬੂਥ ਲੱਗੇ ਨੇ ਔਰ ਸਾਰੇ ਉਮੀਦਵਾਰਾਂ ਦੇ ਨਾਲ ਜਿਹੜੇ ਦੋਨੋਂ ਨੇ ਮੈਂ ਗੱਲ ਵੀ ਤੁਹਾਡੀ ਕਰਵਾਈ ਹੈ, ਜਨਤਾ ਦੇ ਨਾਲ ਵੀ ਗੱਲ ਕਰਵਾਈ ਹੈ। ਫਿਲਹਾਲ ਅਸੀਂ ਰੁਕ ਕਰਾਂਗੇ ਹੁਣ ਅਗਲੇ ਵਾਰਡ ਦੇ ਵਿੱਚ। ਜੀ ਸਤਿੰਦਰ, ਅਸੀਂ ਆਵਾਂਗੇ ਤੁਹਾਡੇ ਕੋਲ ਫਿਰ। ਹਾਂਜੀ, ਜਿੱਦਾਂ ਕਿ ਤੁਸੀਂ ਦੇਖਿਆ ਜੀ ਵਾਰਡ ਨੰਬਰ 9 ਚ 3 ਬੂਥ ਬਣ ਚੁੱਕੇ ਨੇ ਤੇ ਲੋਕੀ ਜ਼ੋਰਾਂ ਸ਼ੋਰਾਂ ਦੇ ਨਾਲ ਵੋਟਾਂ ਪਾ ਰਹੇ ਨੇ ਤੇ ਅਸੀਂ ਹੁਣ ਤੁਹਾਨੂੰ ਲੈ ਚੱਲਦੇ ਹਾਂ ਵਾਰਡ ਨੰਬਰ 1 ਚ, ਜਿੱਥੇ ਸਾਡੇ ਰਿਪੋਰਟਰ ਅਭਿਸ਼ੇਕ ਮੌਜੂਦ ਨੇ। ਹਾਂਜੀ ਅਭਿਸ਼ੇਕ, ਕੀ ਸਮਾਚਾਰ ਨੇ ਵਾਰਡ ਨੰਬਰ 9 ਦੇ?